ਦਰਸ਼ਨੀ ਪੈਣਾ। ਅਨਪੜ੍ਹੇ ਉਹ ਨਹੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦਾ, ਉਹ ਸੁਣ ਲਵੇ, ਨਹੀਂ ਸੁਣ ਸਕਦਾ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਫਿਰ ਦੁਬਦਾ ਕਿਉਂ? ਬਾਣੀਆਂ ਤੇ ਲੜਾਈਆਂ, ਬਾਣੇ ਤੇ ਲੜਾਈਆਂ, ਬਾਣੀ ਬਾਣਾ ਪਰਮੇਸ਼ਰ ਪਰਮੇਸ਼ਰ ਨਾਲ ਜੋੜਨ ਵਾਸਤੇ ਕਿ ਲੜਾਈਆਂ ਵਾਸਤੇ? ਕਿ ਮੇਰਾ ਆਹ ਬਾਣਾ ਤੇਰਾ, ਆਹ ਬਾਣਾ ਮੇਰੀ, ਆਹ ਪੱਗ ਤੇਰੀ, ਆਹ ਪੱਗ। ਕਹਿੰਦੇ ਇੱਕ ਕਰਨ ਵਾਲੇ ਹੋ। ਹੁਣ ਤੁਸੀਂ ਇੱਕ ਬਾਗ ਵਿੱਚ, ਇੱਕ ਫੁਲਵਾੜੀ ਚ ਚਲੇ ਜਾਓ, ਸਾਰਿਆਂ ਫੁੱਲਾਂ ਨੂੰ ਉਪਦੇਸ਼ ਦਿਓ ਵੀ ਇੱਕ ਹੀ ਹੋਣਾ ਚਾਹੀਦਾ। ਗੁਲਾਬ ਤੇਰਾ ਰੰਗ ਵੱਖਰਾ ਕਿਉਂ ਹੈ? ਗੇਂਦੇ ਤੇਰਾ ਰੰਗ ਵੱਖਰਾ ਕਿਉਂ? ਐਗਲ ਦੋਦੀ ਤੇਰਾ ਰੰਗ ਵੱਖਰਾ ਕਿਉਂ? ਗੇਂਦੇ ਦੀਆਂ ਕਈ ਕਿਸਮਾਂ ਕਰ ਕਰਕੇ ਮਾਲੀ ਆਨੰਦ ਲੈਂਦਾ। ਕੋਈ ਵੱਡਾ ਫੁੱਲ, ਕੋਈ ਛੋਟਾ ਫੁੱਲ, ਕੋਈ ਇਹੋ ਜਿਹਾ ਗੇਂਦਾ ਹੈ। ਗੁਲਾਬ ਦੀਆਂ ਉਹਨੇ ਕਈ ਕਿਸਮਾਂ ਬਣਾ ਦੀਆਂ ਨੇ। ਇੱਕ ਗੁਲਾਬ ਨੂੰ ਕੀ ਰੰਗਾਂ 'ਚ ਵੰਡ ਦਿੱਤਾ? ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ ਗੁਲਾਬ, ਕੋਈ ਵੱਡਾ, ਕੋਈ ਛੋਟਾ। ਮਾਲੀ ਨੂੰ ਤਾਂ ਸ਼ੌਂਕ, ਮੇਰਾ ਗੁਲਾਬ ਕਈ ਰੰਗਾਂ ਦਾ ਹੋਣਾ ਚਾਹੀਦਾ, ਮੇਰਾ ਗੇਂਦਾ ਗੁਲਦੌਦੀ ਹਰ। ਉਹਦੀ ਫੁਲਵਾੜੀ ਤਾਂ ਹੀ ਫੱਬਦੀ ਏ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਨਾਲ, ਤੇ ਗੁਰੂ ਨਾਨਕ ਦਾ ਪੰਥ ਵੀ ਤਾਂ ਹੀ ਫੱਬਦਾ ਏ। ਇਹਨੂੰ ਇੱਕ ਇੱਕ ਕਰੋ, ਸਾਡੇ ਕਹਿੰਦੇ ਤੁਸੀਂ ਲੰਗੋਟੀਆਂ ਲੰਘਾ ਕੇ ਕਛਹਿਰੇ ਪਵਾ ਦਿਓ, ਠੀਕ ਹੈ। ਸਾਡਾ ਸ੍ਰੀ ਚੰਦਰ ਮਹਾਰਾਜ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਦ ਤੱਕ ਚੰਦ ਤਾਰੇ ਰਹਿਣਗੇ ਉਦੋਂ ਤੱਕ ਤੇਰਾ ਪੰਥ ਚੱਲੇਗਾ। ਨਿਹੰਗ ਸਿੰਘਾਂ ਦਾ ਆਪਣਾ ਬਾਣਾ ਹੈ, ਨਾਨਕਸਰ ਵਾਲਿਆਂ ਦਾ ਆਪਣਾ ਹੈ, ਟਕਸਾਲ ਵਾਲਿਆਂ ਦਾ ਆਪਣਾ ਬਾਣਾ ਹੈ, ਹਜ਼ੂਰ ਸਾਹਿਬ ਵਾਲਿਆਂ ਦਾ ਆਪਣਾ, ਅੰਮ੍ਰਿਤਸਰ ਵਾਲਿਆਂ ਦਾ ਆਪਣਾ ਹੈ। ਉਹ ਖੱਟੀਆਂ ਪੱਗਾਂ ਬਣਦੇ ਆ, ਇਹ ਨੀਲੀਆਂ ਬਣਦੇ ਆ। ਉੱਥੇ ਤਾਂ ਨੀਲੀਆਂ ਵਾਲੇ ਕਥਾ ਕਰ ਲੈਂਦੇ ਆ, ਇੱਥੇ ਕਿਤੇ ਹੀ ਨੀਲੀ ਵਾਲੇ ਨੂੰ ਅੰਦਰ ਖੱਟੀ ਵਾਲੇ ਨੂੰ ਵੜਨ ਹੀ ਨਹੀਂ ਦੇਣਾ। ਚਿੱਟੀ ਵਾਲਾ ਹਰਿਮੰਦਰ ਸਾਹਿਬ 'ਚ ਵੜ ਨਹੀਂ ਸਕਦਾ। ਗੁਰੂ ਸਾਹਿਬ ਦੇ ਹੁੰਦਿਆਂ ਗੁਰੂ ਦਸਾਂ ਗੁਰੂਆਂ ਦੇ ਕੋਲ ਮੁਸਲਮਾਨਾਂ ਨੇ ਵੀ ਕੀਰਤਨ ਕੀਤਾ। ਭਾਈ ਮਰਦਾਨੇ ਦੀ ਔਲਾਦ ਆਈ ਵੀ ਸਾਨੂੰ ਕੀਰਤਨ ਦਾ ਸਮਾਂ ਦਿੱਤਾ ਜਾਏ ਹਰਿਮੰਦਰ ਸਾਹਿਬ। ਸਾਡੇ ਵੱਡੇ ਵਡੇਰੇ ਕਰਦੇ ਸੀ, ਕਹਿੰਦੇ ਨਹੀਂ ਜੀ ਹੁਣ ਮਰਯਾਦਾ ਆਈ, ਤੁਸੀਂ ਨਹੀਂ ਅੰਦਰ ਕੀਰਤਨ ਕਰ ਸਕਦੇ। ਕਹਿੰਦੇ ਉਹ ਸਾਡੀਆਂ ਕੁੱਲਾਂ ਕੀਰਤਨ ਕਰਦੀਆਂ ਰਹੀਆਂ ਹਰਿਮੰਦਰ ਸਾਹਿਬ। ਸਾਡੇ ਵੱਡੇ ਵਡੇਰੇ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਰਹੇ, ਹੁਣ ਤਾਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਆ ਗਏ ਆ, ਹੁਣ ਨਹੀਂ ਹੋ ਸਕਦਾ, ਉਹ ਛੋਟੇ ਸੀ। ਗੁਰੂ ਸਾਹਿਬ ਇਹੋ ਜਿਹੀਆਂ ਵੱਟਾਂ ਭੰਨਣ ਵਾਲੇ ਅਤੇ ਅਸੀਂ ਵੱਟਾਂ ਖੜੀਆਂ ਕਰਨ ਵਾਲੇ, ਉਹ ਹਰ ਇੱਕ ਨੂੰ ਜੋੜਨ ਵਾਲੇ। ਸਾਨੂੰ ਅਗਿਆਨਤਾ ਨੇ ਘੇਰ ਲਿਆ। ਅੱਜ ਅਸੀਂ ਅੰਦਰ ਮੱਥਾ ਟੇਕਣ ਗਏ ਅਤੇ ਮਾਂ ਸੰਭਲ ਪਾਠ 'ਚ ਪਾਠੀ ਸਿੰਘ ਨੇ ਪੰਕਤੀ ਸੁਣਾਈ, ਬੜੇ ਹੋ ਚਿਰਾਗ ਅੰਧਾਰ ਮਹਿਮ, ਸਭ ਕਲ ਉਦਰੀ ਇੱਕ ਨਾਮ ਧਰਮ। ਇਹ ਪੰਕਤੀ ਆਈ, ਮੈਂ ਕਿਹਾ ਬਾਬਾ ਜਿੰਦੂ ਜੀ ਨੂੰ, ਮੈਂ ਕਿਹਾ ਸਲਾਮ ਧਰਮ ਕਹਿੰਦਾ ਏ, ਇੱਕ ਸਲਾਮ ਧਰਮ ਬੇੜਾ ਪਾਰ ਕਰ ਸਕਦਾ ਹੈ। ਈਸਾਈ ਕਹਿੰਦਾ ਇੱਕ ਈਸਾਈ ਧਰਮ ਹੀ ਸੰਸਾਰ ਤੋਂ ਬੇੜਾ ਪਾਰ ਕਰ ਸਕਦਾ, ਇਹਦੇ ਕੋਲ ਹੀ ਉਹ ਪਰਮੇਸ਼ਰ ਅਕਾਲ ਪੁਰਖ। ਹਿੰਦੂ ਕਹਿੰਦਾ, ਸਨਾਤਨ ਧਰਮ ਵਾਲਾ ਕਹਿੰਦਾ ਇੱਕੋ ਸਨਾਤਨ ਧਰਮ ਹੀ ਪਾਰ ਕਰੇਗਾ, ਜੈਨੀ ਕਹਿੰਦਾ ਇੱਕੋ ਜੈਨ ਧਰਮ ਹੀ ਪਾਰ ਕਰੇਗਾ, ਬੋਧੀ ਕਹਿੰਦਾ ਇੱਕੋ ਬੁੱਧ ਧਰਮ ਹੀ ਪਾਰ ਕਰੇਗਾ, ਅਤੇ ਸਿੱਖ ਧਰਮ ਦੇ ਗੁਰੂ ਅਤੇ ਗੁਰਬਾਣੀ ਕਹਿ ਰਹੀ ਹੈ ਇੱਕ ਨਾਮ ਧਰਮ ਪਾਰ ਕਰੇਗਾ। ਉਹਨਾਂ ਨੇ ਕਿਹਾ ਵੀ ਇੱਕ ਸਿੱਖ ਧਰਮ ਹੀ ਪਾਰ ਕਰੇਗਾ, ਮੁਸਲਮਾਨ ਦਾ ਬੇੜਾ ਨਹੀਂ ਪਾਰ ਹੋਏਗਾ, ਹਿੰਦੂ ਦਾ ਨਹੀਂ ਹੋਏਗਾ।
ਕੋਈ ਬੋਲੇ ਰਾਮ ਰਾਮ ਪੜ੍ਹ ਲਓ, ਕੋਈ ਖੁਦਾ ਹੈ, ਕਦੀ ਸਵਾਦ ਵੀ ਲਾਉਣਾ, ਸਵਾਦ ਹੀ ਖਰਾਬ ਕਰੀ ਰੱਖਣਾ ਆਪਣਾ, ਆਨੰਦ ਲਓ ਆਪਣਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੈ ਗੋਸਈਆ, ਕੋਈ ਅਲਾਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੈ ਗੋਸਈਆ, ਕੋਈ ਅਲਾਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੈ ਗੋਸਈਆ, ਕੋਈ ਅਲਾਏ। ਕੋਈ ਨਾਨਕ ਸਰ ਵਾਲੇ ਆ ਗਏ ਜੀ, ਆ ਟਕਸਾਲ ਵਾਲੇ ਉਦਾਸੀ ਮਹਾਂਪੁਰਸ਼ ਆ ਗਏ ਜੀ। ਆ ਨਿਰਮਲੇ ਇੱਕ ਵਿਆਹ ਦੇ ਵਿੱਚ ਮੇਲਾ ਭਰਦਾ ਸੀ, ਚਾਚੀਆਂ ਆ ਗਈਆਂ ਜੀ, ਮਾਮੀਆਂ ਆ ਗਈਆਂ ਜੀ, ਮਾਸੀਆਂ ਆ ਗਈਆਂ, ਤਾਈਆਂ ਭੂਆ, ਭਤੀਜੀਆਂ, ਪਤਾ ਨੀ ਕਿੰਨੇ ਕੁ ਰਿਸ਼ਤੇ ਸੀ। ਮਨ ਖੇਡਦੇ ਸੀ ਕਿ ਆਂਟੀ ਅੰਕਲ ਹੀ ਚਾਹੀਦਾ, ਬਸ ਕੋਈ ਆਂਟੀ ਅੰਕਲ, ਕੋਈ ਚਾਚੀ ਮਾਮੀ ਮਾਸੀ ਤਾਈ ਨਹੀਂ ਚਾਹੀਦੀ। ਪਰਿਵਾਰ ਫੱਬਦਾ ਹੈ, ਗੁਰਸਿੱਖੀ ਗੁਰੂ ਨਾਨਕ ਨੇ ਫਵਾਈਏ ਸਾਰੇ ਮਹਾਂਪੁਰਸ਼ਾਂ ਨਾਲ, ਸਾਰੇ ਤਰ੍ਹਾਂ ਤਰ੍ਹਾਂ ਦੇ। ਆ ਸਲੋਕ ਕਿਵੇਂ ਆ, ਭਾਵੇਂ ਲਾਂਬੇ ਕੇਸ ਕਰ, ਇਸ ਤੋਂ ਪਹਿਲੀ ਪੰਕਤੀ ਕਬੀਰ ਪ੍ਰੀਤ ਇੱਕ ਸੀ, ਕਬੀਰ ਪ੍ਰੀਤ ਇੱਕ ਸਿਉਂਕੀਏ, ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰ ਰਮੁੰਡਾਏ। ਕੇਸ ਮੁੰਡਣ ਦੇ ਹੱਕ ਵਿੱਚ ਨਹੀਂ ਕਬੀਰ ਜੀ, ਕੇਸ ਰੱਖਣ ਦੇ ਹੱਕ ਵਿੱਚ ਕਹਿੰਦੇ, ਤੂੰ ਪ੍ਰੀਤ ਇੱਕ ਨਾਲ ਕਰ, ਤੇਰੀਆਂ ਸਾਰੀਆਂ ਦੁਬਦਾ ਚਲੀਆਂ ਜਾਣਗੀਆਂ। ਕੇਸਾਂ ਆ ਵਾਲਾਂ ਵਿੱਚ ਕਿਉਂ ਫੜਿਆ ਫਸਿਆ ਬੈਠਾ ਵੀ, ਆ ਮੁੰਡਾ ਆ ਵਾਲਾਂ ਵਾਲਾ ਹੈ। ਭਾਵੇਂ ਲੰਬੇ ਕੇਸ ਕਰ ਲਾ, ਗੁਰੂ ਨਾਨਕ ਦੀ ਸਿੱਖੀ ਕੇਸਾਂ ਦੇ ਨਾਲ ਗੁਰੂ ਸਾਹਿਬ ਨੇ ਸਲੋਕ ਬਾਹਰ ਨਹੀਂ ਕੱਢ ਕੇ ਮਾਰਿਆ। ਗੱਲ ਗਿਆਨ ਦੀ ਏ, ਗੱਲ ਸਮਝਣ ਦੀ ਏ, ਗੱਲ ਪਤੇ ਦੀ ਏ। ਜਿਹੜੇ ਇਹਨਾਂ ਚੀਜ਼ਾਂ 'ਚ ਫਸੇ ਬੈਠੇ ਆ, ਗੁਰੂ ਸਾਹਿਬ ਨੇ ਕਿਹਾ ਮੇਰੇ ਸਹਿਜਧਾਰੀ ਮੇਰੇ ਸਿੱਖ ਨੇ, ਇਸ ਇੱਥੋਂ ਤੱਕ ਜੇ ਪਹੁੰਚੇ ਆ, ਮੰਨਦੇ ਆ, ਅੱਗੇ ਹੋਰ ਵਧਣਗੇ। ਹੁਣ ਇਸ ਜਨਮ ਵੱਧ ਜਾਣਗੇ, ਅੱਗੇ ਜਨਮ ਇਹਨਾਂ ਦੀ ਪ੍ਰੀਤ ਜਿੱਥੇ ਉੱਥੇ ਹੀ ਆਉਣਗੇ। ਕਹਿੰਦੇ ਇੱਕ ਸੋ ਪ੍ਰੀਤ ਕਰ, ਉਹ ਸਾਰੀਆਂ ਹੀ ਦੁਬਦਾ ਚਲੀਆਂ ਜਾਣਗੀਆਂ। ਤੂੰ ਆਪਣੇ ਆਪਣੇ ਰੱਖ ਕੇ, ਕੇਸ ਰੱਖ ਕੇ ਜਾਂ ਮਨਾ ਕੇ ਦੁਬਦਾ ਵਿੱਚ ਪੈ ਗਏ ਹੋ। ਇਹ ਦੁਬਦਾ ਪਾਉਣ ਵਾਸਤੇ ਸੀ ਕੇਸਾਂ ਵਾਲਿਆਂ ਨੂੰ, ਉਹ ਕੇਸਾਂ ਵਾਲਿਓ ਮੁੰਡਿਓ, ਇਹ ਦੁਬਦਾ ਵਾਸਤੇ ਆ। ਪ੍ਰੀਤ ਪਰਮਾਤਮਾ ਨਾਲ ਕਰੋ। ਬਾਬਾ ਸੁਖਦੇਵ ਸਿੰਘ ਜੀ, ਸ੍ਰੀ ਭੁੱਚੋ ਸਾਹਿਬ ਵਾਲਿਆਂ ਦੀਆਂ ਹੋਰ ਵੀ ਨਵੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ।